ਜਿੱਥੇ ਸਹਿਬ ਸਿੰਘ ਵਰਗੇ ਸਮਾਜ ਨੂੰ ਦਾਨ ਕੀਤੇ, ਮੈਂ ਤਾਂ ਸਮਝਦਾ ਪਰਮਾਤਮਾ ਨੇ ਉਹਨਾਂ ਨੂੰ ਸਵਾਸ ਵਰਤੇ ਸੀ, ਜਿਤਨੀ ਆਯੂ ਦਿੱਤੀ ਸੀ ਉਹ ਖਰਚਦਿਆਂ ਹੋਇਆ ਭੋਗਦਿਆਂ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਜਾ ਰਹੇ ਨੇ। ਸੁਣ ਪਾਵਨੇ
ਟ੍ਰੇਨ ਫੇਰ ਕਰੀਏ ਅੰਮ੍ਰਿਤਸਰ ਦੇ ਚਰਨਾਂ ਦੇ ਵਿੱਚ ਦਿੱਲੀਆਂ ਨੂੰ ਭੈਣ ਭੈਣ ਚਰਨਾਂ ਵਿੱਚ ਦੇਖਤੀ ਹੈ ਕਿ ਕਿਰਪਾ ਕਰਕੇ ਗਰਮੀ ਤੇ ਬੇਸ਼ੱਕ ਬਹੁਤ ਜ਼ਿਆਦਾ ਹੈ ਇੱਕ ਤਰ੍ਹਾਂ ਤੋਂ ਬੇਸ਼ੱਕ ਸਾਊਂਡ ਬਹੁਤ ਬਹੁਤ ਵਧੀਆ ਹੈ ਪਰ ਪੱਖੇ ਚੱਲਦੇ ਹੋਣ ਦੇ ਕਾਰਨ ਇੱਕ ਤਾਂ ਮੇਰੀ ਆਵਾਜ਼ ਵੈਸੇ ਹੀ ਘੱਟ ਸੁਣ ਰਹੀ ਆ ਜਿੱਦਾਂ ਜੇ ਆਪ ਜੀ ਗੱਲਾਂ ਬਾਤਾਂ ਕਰਦੇ ਰਹੇ ਤਾਂ ਮੇਰੇ ਬੋਲਣ ਦਾ ਆਪ ਜੀ ਦੇ ਬੈਠਣ ਦਾ ਆਪਣਾ ਸਾਰਿਆਂ ਦਾ ਆਇਆ ਹੋਇਆ ਸਫ਼ਰ ਨਹੀਂ ਹੋ ਸਕੇਗਾ ਆਪਾਂ ਸਾਰੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਹਾਂ ਕਿਰਪਾ ਕਰਕੇ ਇਕਾਗਰ ਚਿੱਤ ਹੋ ਕੇ ਬੈਠਣ ਦਾ ਸਾਵਧਾਨ ਹੋ ਕੇ ਬੈਠਣ ਦਾ ਯਤਨ ਕਰਿਆ ਕਰੋ ਪਰਮੇਸ਼ਰ ਜੀ ਦੇ ਚਰਨਾਂ 'ਚ ਆਪਾਂ ਸਾਰੇ ਬੈਠੇ ਹਾਂ ਪਰਮੇਸ਼ਰ ਇਹ ਨਹੀਂ ਜੇਕਰ ਅਸੀਂ ਬਾਹਰ ਗੱਲਾਂ ਬਾਤਾਂ 'ਤੇ ਆਪਣੀਆਂ ਮੁੱਕ ਨਹੀਂ ਸਕਦੀਆਂ ਪਰ ਦੇਖੋ ਸਬੱਬ ਬਣਿਆ ਹੋਇਆ ਮੈਂ ਇਹ ਗੱਲ ਆਮ ਹੀ ਕਹਿੰਦਾ ਹੁੰਦਾ ਕਿ ਸਮਾਂ ਨਾ ਦੇਖਿਆ ਕਰੋ ਕਿ ਖੁਸ਼ੀ ਦਾ ਹੈ ਕਿ ਕਮੀ ਦਾ ਹੈ ਉਹ ਤਾਂ ਇੱਕ ਬਹਾਨਾ ਹੈ ਇੱਕ ਸਬੱਬ ਹੈ ਸਾਡੇ ਇਕੱਠੇ ਹੋਣ ਦਾ ਗੁਰੂ ਦੇ ਚਰਨਾਂ 'ਚ ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ ਆਪਾਂ ਸਾਰਿਆਂ ਨੇ ਇਹ ਲਾਹਾ ਲੈ ਕੇ ਜਾਣਾ ਹੈ ਦੇਖੋ ਆਪਾਂ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਹਾਂ ਅਰਦਾਸ ਕਰਨ ਲਈ ਆਏ ਹਾਂ ਅਤੇ ਜੇਕਰ ਆਪਾਂ ਆਪ ਹੀ ਇਕਾਗਰ ਚਿੱਤ ਨਾ ਹੋ ਸਕੇ ਫਿਰ ਅਰਦਾਸ ਅਸੀਂ ਕਿਵੇਂ ਕਰ ਸਕਾਂਗੇ ਚੰਨ ਬਣ ਕੇ ਬੈਠਣ ਦਾ ਯਤਨ ਕਰੋ ਅਤੇ ਜਨਾਂ ਦੀ ਕੀਤੀ ਹੋਈ ਅਰਦਾਸ ਪਰਮੇਸ਼ੁਰ ਕਬੂਲ ਕਰਦਾ ਹੈ ਆਓ ਬੜੇ ਪਿਆਰ ਦੇ ਨਾਲ ਸ਼ਬਦ ਸਰਵਣ ਕਰੋ ਬਾਬਾ ਵੇਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਪਤਾ ਐਸੀ ਕਿਰਪਾ ਕਰ ਦਿਓ ਤੇਰਾ ਨਾਮ ਮੇਰੇ ਹਿਰਦੇ ਵਸ ਕਰੇ ਕਿਉਂਕਿ ਜਿਹੜਾ ਮੈਂ ਸੰਸਾਰ ਕਰ ਰਿਹਾ ਸੰਸਾਰ ਦੇਖ ਰਿਹਾ ਵਾ ਬਾਬਾ ਜੀ ਇਹ ਜੈ ਦੇ ਨਾਲ ਭਰਿਆ ਹੋਇਆ ਵਿਖ ਦੇ ਨਾਲ ਭਰਿਆ ਹੋਇਆ ਸਾਰਾ ਵਿਖ ਦਾ ਸੰਸਾਰ ਹੈ ਜੋ ਜਾ ਰਿਹਾ ਪਰਮੇਸ਼ਰ ਜੀ ਇਹ ਵੀ ਕਹਿ ਰਹੇ ਸੀ ਇਹ ਗੱਲ ਨਹੀਂ ਕਹਿ ਸਕਦੇ ਕਿ ਅੱਜ ਦਾ ਸੰਸਾਰ ਹੈ ਇਹ ਜੈ ਹੈ ਨਹੀਂ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਵਿਖ ਕਿਵੇਂ ਹੋ ਸਕਦੀ ਹੈ ਜੈ ਕਿਵੇਂ ਹੋ ਸਕਦੀ ਪਰਮੇਸ਼ਰ ਨੇ ਬੜਾ ਸੁੰਦਰ ਸੰਸਾਰ ਬਣਾਇਆ ਪਰਮੇਸ਼ਰ ਆਪ ਵਸ ਰਿਹਾ ਹੈ ਸੰਸਾਰ ਦੇ ਹਰ ਕਣ ਕਣ ਦੇ ਵਿੱਚ ਹਰ ਜਰੇ ਜਰੇ ਵਿੱਚ ਉਹ ਪਰਮੇਸ਼ਰ ਆਪ ਵਸ ਰਿਹਾ ਹੈ ਉਹਦੀ ਬਣਾਈ ਹੋਈ ਮੈਂ ਆਪ ਉਹਦਾ ਬਣਾਇਆ ਹੋਇਆ ਸੰਸਾਰ ਕਹਿ ਕਿਵੇਂ ਬਣ ਗਿਆ ਵਿਖ ਕਿਵੇਂ ਬਣ ਗਿਆ ਉਹਨੇ ਬੜਾ ਸੁੰਦਰ ਬਣਾਇਆ ਸਭ ਸਾਡਾ ਬਣਾਇਆ ਹੋਇਆ ਇਹ ਸੰਸਾਰ ਕਹਿ ਬਣ ਗਿਆ ਪਿਆ ਉਹ ਕਹਿੰਦੇ ਦੇਖੋ ਇਹ ਸੰਸਾਰ ਦੇ ਵਿੱਚ ਅਸੀਂ ਵਿਚਰਨਾ ਹੈ ਸਾਡੇ ਪੁੱਤਰ ਨੇ ਕੰਮ ਹੋ ਗਿਆ ਇਹਦੇ ਵਿੱਚ ਇੰਨਾ ਝਗੜਿਆ ਗਿਆ ਕਿ ਤੈਨੂੰ ਉਹ ਪਰਮੇਸ਼ੁਰ ਦਿਸਣੋਂ ਬੰਦ ਹੋ ਗਿਆ ਉਹ ਪਰਮੇਸ਼ੁਰ ਦੀ ਹੋਂਦ ਤੇਰੇ ਤੋਂ ਮਿਟ ਗਈ ਤੂੰ ਸੰਸਾਰ ਦੇ ਵਿੱਚ ਖਚਿਤ ਹੋ ਗਿਆ ਫਿਰ ਇਹ ਸੰਸਾਰ ਜਿਹੜਾ ਤੇਰੇ ਵਾਸਤੇ ਫਿਰ ਬਣ ਜਾਵੇਗਾ ਫਿਰ ਇਹ ਜ਼ਹਿਰ ਬਣ ਜਾਵੇਗਾ ਅਤੇ ਪਾਤਸ਼ਾਹ ਜੀ ਕਿਰਪਾ ਕਰੋ ਤੁਸੀਂ ਮੈਨੂੰ ਇਸ ਜ਼ਹਿਰ ਵਿੱਚੋਂ ਕੱਢ ਸਕਦੇ ਹੋ ਕਿਉਂਕਿ ਮੇਰੇ ਦੇ ਅੰਦਰ ਹੀ ਕਾਮ ਮੇਰੇ ਅੰਦਰ ਕ੍ਰੋਧ ਮੇਰੇ ਅੰਦਰ ਲੋਭ ਮੇਰੇ ਅੰਦਰ ਹੀ ਬੋਧ ਮੇਰੇ ਅੰਦਰ ਹੀ ਅਹੰਕਾਰ ਪੈਦਾ ਹੋ ਗਿਆ ਇਹਨਾਂ ਤੋਂ ਤੁਸੀਂ ਮੈਨੂੰ ਛੁਟਕਾਰਾ ਦਵਾ ਸਕਦੇ ਹੋ ਕਿਰਪਾ ਕਰੋ ਰੱਖਿਆ ਕਰੋ ਵਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਆਓ ਸਾਰੇ ਮਿਲ ਕੇ ਉਹ ਪਰਮੇਸ਼ੁਰ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਹੈ ਪਾਤਸ਼ਾਹ ਜੀ ਸਾਨੂੰ ਇਸ ਬ੍ਰਿਧ ਤੋਂ ਬਚਾ ਲਓ ਆਪਣੇ ਪਿਆਰ ਨਾਲ ਆਓ ਬੇਨਤੀ ਕਰੋ ਰੱਖਿਆ ਕਰੋ ਵਸਾਈ ਮੇਰੇ
Yeah.
ਸਰਦਾਰ ਬਾਬੂ ਜੀ, ਸਰਦਾਰ ਬਿਕਰਮ ਸਿੰਘ ਜੀ, ਇਹਨਾਂ ਦੀ ਸ੍ਰੀ ਰੂਹ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਸਰਬ ਭਵਨਾਂ ਦੇ ਵਿੱਚ ਵਾਸ ਬਖਸ਼ਿਸ਼ ਕਰਕੇ ਸੰਸਾਰ ਦੇ ਗੁਜ਼ਰਦਿਆਂ ਹੋਇਆਂ ਰਾਤ ਅਤੇ ਹੋਰ ਰੋਣ ਦੇ ਵੀ ਸੀਲ ਧਰਮ ਦਲ ਭਗਤਨਾ ਕੀ ਲਈ ਹਉ ਅਭਿਮਾਨ ਭਗਵੀਰ ਸੱਚੇ ਪਾਤਸ਼ਾਹ ਜੀ ਉਹ ਗਲਤੀਆਂ ਨੂੰ ਮਾਫ਼ ਕਰਦੇ ਹੋਏ ਆਪਣੇ ਚਰਨ ਪਦਾਂ ਦੇ ਨਾਲ ਆ ਰਹੇ ਸਾਨੂੰ ਸਭਨਾਂ ਨੂੰ ਸਤਿਗੁਰੂ ਦੀ ਪਾੜਾ ਮੰਨਣ ਦਾ ਬਲ ਬਖਸ਼ ਤੇ ਸਿਮਰਤਾ ਬਖਸ਼ਿਸ਼ ਕਰਨ ਸੋਖੀ ਮਾਂ ਦੇ ਜਾਂ ਚਰਨਾਂ ਦੀ ਆਪ ਅਨੰਦ ਸਾਹਿਬ ਜੀ ਨੂੰ ਯਾਦ ਕਰਕੇ ਉਪਰੰਤ ਗੁਰੂ ਪਾਤਸ਼ਾਹ ਚਰਨਾਂ ਦੇ ਵਿੱਚ ਅਰਦਾਸ ਕਰਨ ਦੀ ਹੋਣੀ ਹੈ ਨਾਲ ਦੇ ਨਾਲ ਆਪ ਸਭ ਦੀ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਕਰਕੇ ਅਨੰਦ ਸਾਹਿਬ ਜੀ ਸਤਿਗੁਰੂ ਪੰਜਾਂ ਪਿਆਰਿਆਂ ਸਭ ਸਹਿਜ ਵਾਲਿਆਂ ਚਾਲੀਆਂ ਹੱਟੀਆਂ ਜੱਟੀਆਂ ਹੱਥੀਆਂ ਰਾਮ ਪਿਆਰ
ਕੀ ਕਰਦਾ ਪਿਆਰੇ ਸੁਚਾਰਨ ਸਿਖਵਾਈ ਦਾ ਧਿਆਨ ਰੱਖੇ ਵੋ ਜੀ ਜਿਨ੍ਹਾਂ ਸਿੰਘਾਂ ਸਿੰਘੀਆਂ ਪਰਮੇਸ਼ੀ ਦਿੱਤੇ ਮਨ ਮਨ ਕਟਾਏ ਪੂਰੀਆਂ ਰਹਾਈਆਂ ਦਿੱਤੀਆਂ ਤੇ ਸਹਿਯਾਰਾਂ ਨਾਮ ਚਲਾਏ ਗਏ ਸਿੱਖੀ ਕੇ ਸੰਸਾਰ ਨਾਲ ਨਿਭਾਈ ਦੁਨੀਆਂ ਤਖਤਾਂ ਦਾ ਸ਼ਬਦ ਗੁਰੂ ਨਾਨਕ ਧਿਆਨ ਰੱਖੇ ਵੋ ਜੀ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਵਤਿਆਂ ਦੀ ਉਹ ਸਤਿਗੁਰੂ ਦੇ ਆਸਰਿਆਂ ਦੇ ਆਸਰੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਸ਼ਾਮਾ ਜੋਤ ਸ੍ਰੀ ਗੁਰੂ ਪ੍ਰਿੰਸ ਸੁੱਚੇ ਪਾਤਸ਼ਾਹ ਚੰਦਰਾਸ ਸਮੂਹ ਸੰਗਤ ਵੱਲੋਂ ਹਰਿ ਅਰਦਾਸ ਬੇਨਤੀ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਮੈਂ ਆਤਮਿਕ ਪ੍ਰਮਾਣ ਹੈ ਜੀ ਹਰ ਚੀਜ਼ ਕੇ ਹੱਥ ਕਮਾਏ ਕੱਲੇ ਆਏ ਨਾਨਕਾ ਸਤੇ ਉੱਤੇ ਜਾਏ ਜੋ ਆਇਆ ਸੋ ਤਨ ਸੀ ਸਭ ਕੋਈ ਆਏ ਭਾਈ ਆਪਣੀ ਮਾਈ ਦੇ ਅਨੁਸਾਰ ਭਾਈ ਵਿਕਰਮ ਸਿੰਘ ਜੀ ਨੇ ਭਾਈ ਕੋਸ਼ਿਸ਼ ਕਰਕੇ ਆਪ ਜੀ ਨੇ ਮਾਤਮ ਭੇਜਿਆ ਸੀ ਪੂਰੀ ਕਰਦੇ ਹੋਏ ਪਿਛਲੇ ਦਿਨੀ ਗੁਰੂ ਕੋਈ ਪਿਆਰਾ ਕਰਕੇ ਸਨ ਉਹਨਾਂ ਦੇ ਆਤਮਾ ਦੀ ਸ਼ਾਂਤੀ ਵਾਸਤੇ ਰੁਚੀ ਕਲਿਆਣ ਵਾਸਤੇ ਉਹਨਾਂ ਦੇ ਪਿੱਛੋਂ ਧਰਮ ਪਤਨੀ ਬੀਬੀ ਮਹਿੰਦਰ ਕੌਰ ਜੀ ਸਪੁੱਤਰ ਸਰਦਾਰ ਸਾਹਿਬ ਸਿੰਘ ਸਵਰਗਵਾਸੀ ਸਰਦਾਰ ਨਾਇਕ ਸਿੰਘ ਸਮੂਹ ਪਰਿਵਾਰ ਨੇ ਇਕੱਤਰ ਹੋ ਕੇ ਆਪ ਜੀ ਦਾ ਰੂਪ ਤੇ ਪਾਸਾ ਮਿਲਦਿਆਂ ਆਪਣੇ ਕਹਿ ਕਿ ਆਪ ਦੇ ਪਾਵਨ ਪਵਿੱਤਰ ਸਰੂਪ ਧਿਆਨ ਕਰਕੇ ਸਹਿਤ ਪਾਠ ਪਰਾਂ ਪਏ ਸਨ ਭੋਗਾਂ ਤੋਂ ਉਪਰੰਤ ਆਪ ਦੇ ਪਾਵਨ ਪਵਿੱਤਰ ਸਰੂਪ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਭਾਵ ਵਿਖੇ ਧਿਆਨ ਕਰਕੇ ਹਰ ਜਸ ਪੈਰਾਗ ਨੇ ਕੀਰਤਨ ਹੋਇਆ ਕਿਰਪਾ ਕਰੀ ਬਲਵਾਣੀ ਪੜੀ ਸੁਣੀ ਸਤਖੰਡ ਵਿਖੇ ਪ੍ਰਵਾਨ ਕਰਨੀ ਹੋਈਆਂ ਦੁੱਲਾਂ ਸੁੱਖਾਂ ਵੇਦ ਦੀਆਂ ਚਮਕ ਕਰਨੀਆਂ ਅੱਗੇ ਸ਼ੁਭ ਅਤੇ ਸਪਸ਼ਟ ਵਾਣੀ ਪੁਰਖੇ ਸਰਵੇਸ਼ ਮਤਾਰ ਕਰੇ ਸਤੂ ਪਾਤਸ਼ਾਹ ਕਿਰਪਾ ਕਰਨੀ ਪੜੀ ਬਾਣੀ ਦਾ ਬਾਅਦ ਵਿਛੜੇ ਹੋਏ ਰੂਹ ਬਖਸ਼ਿਸ਼ ਕਰਨਾ ਲਗਾਤਾਰ ਪਿਤਾ ਦੀਆਂ ਕਿਰਪਾ ਕਰਨੀ ਪਿਛੜੇ ਹੋਏ ਰੂਹ ਨੂੰ ਅਰਪਿਤ ਕਰਨਾ ਕਿਸੇ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਸਾਰੀ ਦਰਬਾਰ ਸੁਖ ਸ਼ਾਂਤੀ ਭਾਣਾ ਮੰਨਣ ਦਾ ਬਾਅਦ ਬਖਸ਼ਿਸ਼ ਕਰਨ ਤੋਂ ਬਾਅਦ ਚ ਕਿਰਪਾ ਕਰਨੀ ਸਾਰੇ ਹੀ ਪਰਿਵਾਰ ਦੇ ਆਪਣੇ ਵਿਹੇ ਪ੍ਰਿਹਤ ਰੱਖਣੇ ਦੁੱਖਾਂ ਦੇਸ਼ਾਂ ਪਾਪਾਂ ਦੀ ਅਰਦਾਸ ਕਰਨਾ ਆਪਣੇ ਦਾ ਪ੍ਰਣਾਮ ਦਾਨ ਭਰੋਸਾ ਵਿਰੋਧਤਾ ਖੁਸ਼ੀ ਜੀਵਨ ਬਖਸ਼ਿਸ਼ ਕਰਨਾ ਬੱਚੇ ਆਪਣੇ ਵਿਹੇ ਪ੍ਰਿਹਤ ਰੱਖਣੇ ਦੇਸ਼ਾਂ ਵਿਦੇਸ਼ਾਂ ਕਾਰਨ ਸਰੂਪ ਦੀ ਸਹਾਇਤਾ ਕਰਨੀ ਚੜ੍ਹਦੀ ਕਲਾ ਕੋਸ਼ਿਸ਼ ਕਰਨੀ ਆਉਣ ਵਾਲਾ ਸਮਾਂ ਖੁਸ਼ੀਆਂ ਖੇਰਿਆਂ ਮਾਤਾ ਜੀ ਪਾਤਸ਼ਾਹ ਜੀ ਆਈ ਸਵਰ ਸੰਗਤੀ ਭਾਈ ਸਾਹਿਬ ਪ੍ਰਵਾਨ ਕਰਨੀ ਸਿਰ ਗੁਰੂ ਭੇਟਾਂ ਦਾ ਪ੍ਰਵਾਨ ਕਰਨੀ ਕਦਮ ਕਦਮ ਦੇਖੇ ਪੁਰਾਣਾ ਪੜੀ ਬਾਣੀ ਸੰਤਾਂ ਦੇ ਜਿਆਂ ਕੇ ਸਾਰੇ ਬਾਣੀ ਬਾਣੀ ਨਾਲ ਪ੍ਰੇਮ ਦਰਸ਼ਨ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਗੁਰਾਈਆਂ ਸੰਤਾਂ ਵਾਸਤੇ ਸ੍ਰੀ ਪਰਿਵਾਰ ਗੁਰੂ ਦਾ ਸੰਗਤ ਪ੍ਰਸ਼ਾਦਾ ਪਿਆਰ ਕਿਰਪਾ ਕਰੋ ਦਰਦੇ ਪ੍ਰਵਾਨ ਕਰੋ ਤੁਹਾਡਾ ਸਤਿਗੁਰ ਪਾਤਸ਼ਾਹ ਜੀ ਉਖਾਓ ਖਰਚੋ ਰਲ ਮਿਠਾਈ ਤੋਸ ਨਾ ਆਵੇ ਵਕਤੋ ਲਈ ਕਿਰਪਾ ਕਰਨੀ ਭੰਡਾਰੀ ਸਤੁਖ ਪ੍ਰਵਾਨ ਗੁਰੂ ਸਤਿਗੁਰ ਪਾਤਸ਼ਾਹ ਜੀ ਐਸ਼ਵਰ ਆਪਣਾ ਪ੍ਰੋਗਰਾਮ ਵਿਸ਼ੇਸ਼ ਕਰੋ ਸੰਤਾਂ ਨੇ ਹਾਰ ਤੋਂ ਸ਼ਰਪਾ ਦੇ ਨਾਲ ਅਸਰ ਨੇ ਸੇ ਪਿਆਰੇ ਮੇਰੇ ਬਿਨਾਂ ਦੇ ਬਿਨਾਂ ਤੇਰਾ ਨਾਮ ਕਿਤੇ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਹ ਰੱਖਿਆ ਭਈ ਅਕਾਲ ਕੀ ਸਭੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਸਾਰਾ ਕੀ ਰਹੇ ਨਾ ਬਾਲ ਹੋਏ ਸੰਗ
खाए मंदिर में आए ने महामकान साहब साढ़े पुस्तकालय भाई कृष्ण सिंह जी जिन्हें आयु सत्तर पासों पा के संतोते हुए पिछले दिन कुछ भी कहना करके सन पावन पवित्र हजूरी के सरदार बिक्रम सिंह जी की अंतम अरदास के शामिल होने की जुड़ गए थी गुरु रूप साध संगत जी और वाहेगुरु जी का खालसा वाहेगुरु जी की फतह। मां तो बाद इन्होंने रेलवे के लिए नौकरी की सब तो पहली पोस्ट है इन्हों की दुनिया हुई 1957 के इन्हों की शादी हुई अपने लागे जीना पैदा जीने के लागे खर्चे भावे पेंडवा उत्थे सरदार इंदर सिंह जी की प्राणा को प्यारी पुत्री सरदार महेंद्र कौर के नाल इन्हों की शादी हुई सी। सो हौली हौली थोड़ा थोड़ा दसदा जावगा हूँ मैं बेनती करूँगा सरदार जसबीर सिंह जी सबका सरपंच लोहिया वो स्टेज पर आन तो पिछड़ी आत्मा श्रद्धा दे फुल भेट कर सरदार जसबीर सिंह जी सबका सरपंच लोहिया साझा करने आए भैनों भराओ वाहगुरु जी का खालसा वाहगुरु जी की फतेह। शहीदों के नाम ने जो परिवार के नाम दुख साझा कर आए हैं श्री हीरा लाल जी म्यूनसिपल काउंसलर लक्की छाबड़ा जी म्यूनसिपल काउंसलर सुखविंदर सिंह जी जिन्होंने परिवारक मैंबर म्यूनसिपल काउंसलर ने वो भी आए हैं सरदार अवतार सिंह जी अमृतदार सरदार बलबीर सिंह जी म्यूनसिपल काउंसलर सरदार बलजिंदर सिंह जी किसान यूनियन के नेता ने सर चरण सिंह जी आजाद गोविंद लाल काकू जी म्यूनसिपल काउंसलर मनजीत सिंह जी जिन्हों की धर्म पत्नी म्यूनसिपल काउंसलर ने वो भी इतने पहुंचे ने विजय कुमार छाबड़ा जी उन्होंने भी धर्म पत्नी काउंसलर ने वो भी परिवार के नाल दुख साझा करते गए हैं। शमी खेड़ा जी भारतीय जनता पार्टी के डिस्ट्रिक्ट के लीडर ने वो भी मतलब इतने आए हैं। हम मैं बेनती करांगा जथेदार बलदेव सिंह जी कल्याण मैंबर श्रोमणी गुरुद्वारा प्रबंधक कमेटी वो हम ते परिवार के नाल दुख साझा करन ते नाल पिछड़ी आत्मा श्रद्धा के फुल भेंट कर। मैनू भी लगता तो बापू जी एक एडी सुरजी से धार्मिक शख्सियत सी जिन्होंने परिवार के बीच जिथे सहज सिंह वर्गे समाज को दान किए मैं तो समझदा परिवार के नाम दुख साझा करने वाले सरदार कीरत सिंह जी एक्सएलसी सरदार जसविंदर सिंह जी राजकुमार राजी जी एस प्रेसिडेंट नगर पंचायत लोहिया सरदार जसवंत सिंह जी प्रधान नामदेव सभा लोहिया सरदार जरनैल सिंह जी भगत श्री इंद्र जी जी बल्ला सरदार महेंद्र सिंह जी नंबरदार सरदार गुरनाम सिंह जी खालसा ये दुख साझा कर परिवार के नाल इतने आए हैं। सो अगे बनाते हुए मैं बेनती करांगा सरदार पचित्र सिंह जी कुहार जी के वो आके श्रद्धा के फुल सरदार बिक्रम सिंह जी को भेंट कर सरदार बचिंदर सिंह जिहा चल चुकया हुक्म कमाए कहे आगे नानका सदे उठी गए इन्हों पावन महावाक अनुसार साढ़े बहुत ही सत्कारयोग
मेरे दादा जी के समान बापू विक्रम सिंह जी जितने परमात्मा ने उन्होंने सुभाष बख्शे से जितनी आयु दिखी सी वो खर्चद्या होद्या हो परमात्मा के चरणों से जाग लगे ने। साहिब सिंह जी को सिरोभाव दिखता दिता जाएगा। बोले सुनिहार ਹਰਿੰਦਰ ਸਿੰਘ ਜੀ ਕੰਮ ਉਹ ਆਉਣ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਸਰਦਾਰ ਕ੍ਰਿਸ਼ਨ ਭੁਪਿੰਦਰ ਸਿੰਘ ਜੀ ਕੰਮ ਗੁਰੂ ਮਹਾਰਾਜ ਜੀ ਪਵਿੱਤਰ ਹਜ਼ੂਰੀ ਦੇ ਵਿੱਚ ਇਕੱਤਰ ਹੋਏ परम सत्कारयोग शासक जी वाहेगुरु जी का खालसा वाहेगुरु जी कले आवे नानका सते उठ जाए ये महामानुसार साहब विक्रम जी सिंह जी अपनी ये संसार की यात्रा संपूर्ण करते हुए सदा रहे साढ़े को प्रयोग भी सुधार ये ठीक है कि कोई भी इंसान जरा इतने धरती से आया उसने चले जा राजे राणे तो फकीर सारे इतों आए इतों चले गए। राजे जिन्हों को तरह तरह के हकीम सी वो भी चले गए। पीर पैगंबर जड़े 24 घंटे सेवन करते सी वो भी चले गए। सो मैं आप के जीव कौन असी भी सारे ने चले जाना। साहब विक्रमजीत सिंह जी अपनी इस संसार की यात्रा करके सारे को भी चले गए। साहब सिंह जी जेड़े भी परिवार अपने परिवार प्रति समाज प्रति सेवा करके जाते हैं जिम्मेवारियां निभा के जाते हैं उन्होंने हमेशा विछोड़ा जोड़ा है वो दुखदायक महसूस होता है। कोई भी इंसान जिमें साहब विक्रमजीत सिंह जी उन्होंने 86 साल के हो गए पर हरेक बंदे की जिन्ना जिन्ना नेड़ मैं आता है उन्ना उन्ना दुख जिन्ना जिन्ना गुड़ उन्ना उन्ना दुख इंसान जिन्ना भी इस धरती के अपना उसका परिवार विछड़ता है उन्ना उन्ना ही दुख जो विछोड़ा होंगे। साहब सिंह जी उन्होंने विछोड़े का दुख उन्होंने मेरे को पहलों बड़े जने ने पहलों सारा उन्होंने जिंदगी बारे दसिया कि साहब विक्रमजीत सिंह जी ने रेलवे अपनी दसा राउंड की किरत कमाई के नाम अपनी कमाई की बच्चों विद्या दिखती और सारी सेवा वो साहब नायब सिंह जी स्वर्गीय उनके बच्चे तिने ग्रहतों के सारे सैकंड और इधरों साहब साहब सिंह जी इन्हों की बेटी भी बाहर सैकंड आप ही जिनी बारी भी इतने चोन हुई है कमिश्नर प्रिंसिपल कमिश्नर बने हैं और खास तौर पर इन्हों की पत्नी जसबीर कौर और वाइस प्रधान भी रहे प्रधान भी रहे और उस प्लैनिंग बोर्ड के मैंबर भी रहे जी बहुत बड़ी एक चीज देन है। और साहब साहब सिंह जी श्रोमणी अकाली दल के मुड़ रहे हैं जिन्होंने साहब अजीत सिंह पहाड़ को अपनी सेवा दे के इस नगर कौंसल के अपनी बहुत सेवा कर। सो इन्नी बड़ी बनना प्रिंसिपल कमिश्नर कमेटी के वाइस प्रधान बनना परिवार चो प्रधान बनना प्लैनिंग बोर्ड के मैंबर बनना यह सारी इस परिवार की और साहब विक्रमजीत सिंह की देन है। जो कोई फुल कोई बूटा कोई फल अच्छा होता वो पिछे असं पुछते हैं इसका मालिक कौन इसका रखवाला कौन है। जो साहब सिंह उन्होंने
ਜਦੋਂ ਸੇਵਾਵਾਂ ਇੱਥੇ ਹੁੰਦੀਆਂ ਤੇ ਉਹਦੇ ਪਿੱਛੇ ਅਸੀਂ ਦੇਖਦੇ ਹਾਂ ਕੌਣ ਸੀ ਇਹਨਾਂ ਦਾ ਪਿਤਾ, ਕਿਹਨੇ ਇਹਨਾਂ ਨੂੰ ਪ੍ਰੇਰਨਾ ਕੀਤੀ ਤੇ ਸਾਹਿਬ ਬੇਟਲ ਜੀ ਸੀ ਔਰ ਸਾਹਿਬ ਅਜੀਤ ਸਿੰਘ ਕੁਹਾੜ ਨੇ ਜੋ ਸੇਵਾ ਇਸ ਇਲਾਕੇ ਦੀ ਕੀਤੀ ਉਹ ਤੁਹਾਨੂੰ ਸਾਰਾ ਹੀ ਪਤਾ। ਦਾਸ ਨੇ ਵੀ ਮਾੜੀ ਮੋਟੀ ਇਸ ਇਲਾਕੇ ਦੀ ਕੀਤੀ ਜਾਂ ਫਿਰ ਸਰਦਾਰ ਅਜੀਤ ਸਿੰਘ ਕੁਹਾੜ ਨੇ ਕੀਤੀ ਔਰ ਉਸ ਰਾਹੀਂ ਸਾਹਿਬ ਸਾਹਿਬ ਸਿੰਘ ਇਹਨਾਂ ਨੇ ਆਪਣੀ ਇਸ ਵਹੀਆਂ ਦੇ ਨਗਰ ਪੰਚਾਇਤ ਦੇ ਵਿੱਚ ਆਪਣੀ ਸੇਵਾਵਾਂ ਕੀਤੀਆਂ, ਸ਼੍ਰੋਮਣੀ ਅਕਾਲੀ ਦਲ ਨੇ ਸੇਵਾਵਾਂ ਕੀਤੀਆਂ। ਇਹਦਾ ਸਾਰਾ ਲੱਭ ਮੈਂ ਜ਼ਿਆਦਾ ਸਮਾਂ ਨਾ ਦੇ ਵਾਲਾ ਹੋਇਆ, ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੇ ਸੱਚੇ ਵਾਹਿਗੁਰੂ ਸਾਹਿਬ ਬਿਕਰਮਜੀਤ ਸਿੰਘ ਦੀ ਰੂਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਸਾਰੇ ਪਰਿਵਾਰ ਨੂੰ ਕੰਮ ਪਰਿਵਾਰ ਨੂੰ ਔਰ ਰਿਸ਼ਤੇਦਾਰਾਂ ਨੂੰ ਸਾਡੇ ਸਾਰੇ ਸਾਥ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਦੁਨੀਆ ਨਗਰ ਵਾਸੀਆਂ ਨੂੰ ਇਸ ਦੁੱਖ ਦੀ ਘੜੀ ਉਹਨਾਂ ਦੇ ਜਾਣ ਦੇ ਉੱਤੇ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਹਾਂ ਸਰਦਾਰ ਕਰਤਾਰ ਸਿੰਘ ਹਲੇਰ ਐਡਵੋਕੇਟ ਸਾਹਿਬ ਤੇ ਚੇਅਰਮੈਨ ਰਾਜ ਸੂਚਨਾ ਕਮਿਸ਼ਨ ਜੀ ਦੇ ਜਿਮਾ ਵੀ ਮਾਲਕਾਂ ਵੀ ਉਹ ਮੇਰੀ ਨਿਗਾਹ ਉਹਨਾਂ ਦੇ ਬਾਅਦ 'ਚ ਗਈ। ਸਰਦਾਰ ਬਲਵਿੰਦਰ ਸਿੰਘ ਜੀ ਪਿੰਡੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੋਲੀਆਂ, ਸਰਦਾਰ ਜਸਵੰਤ ਸਿੰਘ ਜੀ ਜੋਸਨ, ਸਾਡੇ ਸੋਨੂੰ ਸਰਪੰਚ ਜੀ ਅਤੇ ਨੰਬਰਦਾਰ ਸਾਹਿਬ ਸਿੱਧੂਗੜ ਬਾਰੇ ਉਹ ਵੀ ਇੱਥੇ ਮੌਜੂਦ ਨੇ, ਉਹਨਾਂ ਦਾ ਵੀ ਪਰਿਵਾਰ ਵੱਲੋਂ ਮਾਸਟਰ ਕਰਨ ਚੰਦ ਜੀ ਕਹਿੰਦੇ ਨੇ ਜੀਤੀਆਂ ਗੱਲਾਂ ਜਾਂ ਜ਼ਿਆਦਾ ਬੋਲਦੀਆਂ ਅਤੇ ਉਹਦਾ ਦਾਨ ਰੱਖੋ ਉਹਨਾਂ ਦੀ ਗੱਲ ਮੰਨੋ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਜ਼ੁਰਗ ਆਗੂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜਾ ਸ਼ਿੰਗਾਰਾ ਸਿੰਘ ਜੀ ਉਹ ਆਉਣ ਅਤੇ ਸਾਰੇ ਨਾਲ ਧੰਨਵਾਦ ਕਰਨ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ। ਸਰਦਾਰ ਸ਼ਿੰਗਾਰਾ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਡਲ ਦੇ ਆਏ ਜੋ ਵੀ ਇਨਸਾਨ ਇੱਥੇ ਆਉਂਦਾ ਉਹ ਪਹਿਲਾਂ ਆਪਣਾ ਮਾਨਣਾ ਵਿਖਾ ਕੇ ਆਉਂਦਾ। ਪਰਿਵਾਰ